ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਤੁਸੀਂ ਦੇਖ ਰਹੇ ਹੋ ਟਰੈਕ ਧਨੋਵਾ, ਮੈਂ ਆ ਗੁਰਦੀਪ ਸਿੰਘ ਧਨੋਵਾ। ਅੱਜ ਦਾ ਸਾਡਾ ਬਲੌਗ ਆ ਸ਼ਿਮਲੇ ਦਾ, ਅਸੀਂ ਚੱਲੇ ਸ਼ਿਮਲੇ ਨੂੰ ਅਤੇ ਉੱਥੇ ਜਾ ਕੇ ਜਗ੍ਹਾ ਸਾਰੀਆਂ ਘੁੰਮਾਂਗੇ ਅਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ। ਆ ਜਾਓ ਚੱਲਦੇ ਹਾਂ ਸ਼ਿਮਲੇ। ਚਲੋ ਜੀ ਗੱਡੀ ਸਟਾਰਟ ਕਰੀਏ। ਬਾਕੀ ਟੈਚੀ ਟੁਚੀ ਆਪਣੇ ਪੈਗ ਹੈ, ਉਹ ਦੇਖੀ ਧਿਆਨ ਨਾਲ। ਕੰਮ ਪੂਰਾ ਓਕੇ ਆ ਨਾ ਮੁੰਡਿਓ ਕਿ ਨਹੀਂ? ਉਹ ਬੰਦਾ ਸਾਡਾ ਸੁਸਤੀ ਆ ਅੱਜ ਕਾਹਤੋਂ ਹੈ? ਚਾਰਜ ਫਿਰ ਤੈਨੂੰ ਤੇ ਗੋਲੀ ਲੈ ਲਈ ਚਾਰਜ ਵਾਲੀ? ਇਹ ਬੰਦਾ ਚਾਰਜ ਹੁੰਦਾ ਬੈਟਰੀ 'ਤੇ। ਚੱਲ ਕੋਈ ਨਹੀਂ ਯਾਰ, ਜਾਲੀ ਲਾਉਣੀ ਸੀ ਬੁੱਗੇ, ਚੇਤਾ ਰੱਖੀ। ਉਹ ਉੱਥੇ ਰੱਖ ਲੈਣੀ, ਘਰੇ ਰੱਖ ਲੈਣੀ। ਜਾਂਦਾ ਜੀ ਗੱਡੀ ਖੜੀ ਆਪਣੀ, ਇੱਧਰ ਆਪਣਾ ਟਰੈਕਟਰ ਲੱਗਾ ਹਨੇਰੀ, ਤੁਹਾਨੂੰ ਪਤਾ ਹੀ ਹੈ ਕੁਛ ਨਹੀਂ ਲੱਭਣਾ। ਚਲੋ ਹਾਂ ਹਾਂ ਇੱਕ ਮਿੰਟ, ਬਾਕੀ ਗੱਡੀ ਆਪਣੀ ਓਕੇ ਆ, ਤੇਲ ਪਾਣੀ ਠੀਕ ਠਾਕ ਹੈਗਾ, ਪਵਾ ਲਾਂਗੇ ਬਾਕੀ। ਯੈਸ ਹੋਏ ਨਹੀਂ ਪੂਰੀ ਮੁੰਡਿਓ, ਕੀ ਹੋਇਆ ਹੁਣ ਕੱਢ ਲੈ। ਚੱਲ ਮੁੰਡਿਓ ਅੱਗੇ ਜਾ ਕੇ ਮਿਲਦੇ ਤੁਹਾਨੂੰ ਫਿਰ। ਹਾਂਜੀ ਹੁਣ ਅਸੀਂ ਹੁਸ਼ਿਆਰਪੁਰ ਪਹੁੰਚ ਗਏ ਹਾਂ, ਮੋਹਾਲੀ ਹੋ ਕੇ ਜਾਣਾ ਅਤੇ ਹੁਣ ਅਸੀਂ ਹੈਗੇ ਪ੍ਰਭਾਤ ਚੌਂਕ 'ਚ। ਇਹਨੂੰ ਵੈਸੇ ਘੋੜਿਆਂ ਵਾਲਾ ਚੌਂਕ ਵੀ ਕਿਹਾ ਜਾਂਦਾ, ਦਿਖਾਉਂਦੇ ਤੁਹਾਨੂੰ। ਅੱਛਾ ਵੀਰੇ ਆਹ ਘੋੜਾ ਖੜਾ ਨਾ, ਤਾਂ ਕਰਕੇ ਇਹਨੂੰ ਘੋੜੇ ਵਾਲਾ ਚੌਂਕ ਕਹਿੰਦੇ। ਆਪਾਂ ਉੱਧਰ ਨੂੰ ਮੰਨਣਾ ਨਾ, ਹੈਗਾ ਤਾਂ ਨਹੀਂ ਕੋਈ। ਦੇਖੋ ਜੀ ਘੋੜੇ ਵਾਲਾ ਚੌਂਕ, ਆਹ ਉੱਥੇ ਘਲਾ ਲੈਣੇ ਗੱਡੀ ਨਾ, ਅਤੇ ਹੁਣ ਅਸੀਂ ਮੋਹਾਲੀ ਜਾ ਕੇ ਮਿਲਦੇ ਹਾਂ। ਓਕੇ ਹਾਂਜੀ ਖਰੜ ਆ ਗਏ ਹਾਂ ਅਤੇ ਮੋਹਾਲੀ ਅੱਗੇ ਥੋੜ੍ਹਾ ਜਿਹਾ 3-4 ਕਿਲੋਮੀਟਰ ਹੈਗਾ, ਕਿੰਨਾ ਨਹੀਂ 10 ਕੁ ਕਿਲੋਮੀਟਰ ਹੈਗਾ ਆ। ਅਤੇ ਇੱਦਾਂ ਦੇ ਬਲੌਗ ਬਹੁਤ ਲੰਬਾ ਹੋ ਜਾਣਾ, ਕਿਉਂ ਤੁਹਾਨੂੰ ਇਹ ਦਿਖਾਉਂਦੇ ਰਹੇ ਆਪਾਂ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਏ, ਅਤੇ ਹੁਣ ਅਸੀਂ ਜਿੱਦਾਂ ਜਾ ਕੇ ਸ਼ਿਮਲੇ ਮਿਲਾਂਗੇ। ਕਿਉਂ ਵੀਰੇ ਸਹੀ ਹੈ ਨਾ, ਜਾ ਕੇ ਤਾਂ ਰੋਟੀ ਪਾਣੀ ਖਾਣ ਦਾ ਉਦੋਂ ਮਿਲਾਂਗੇ। ਠੀਕ ਹੈ ਜੀ ਚਲੋ ਮਿਲਦੇ ਹਾਂ। ਦੇਖੋ ਜੀ ਪਹਾੜਾਂ ਵਾਲੇ ਰਸਤੇ 'ਚ ਆ ਗਏ ਹਾਂ ਅਤੇ ਸੋਲਨ ਆਉਣ ਵਾਲਾ ਆ ਅੱਗੇ, ਸ਼ਹਿਰ ਸੋਲਨ। 50 ਕਿਲੋਮੀਟਰ ਰਹਿ ਗਿਆ ਸਾਰਾ ਸ਼ਿਮਲਾ, ਅਤੇ ਬਾਕੀ ਇੱਧਰ ਪਹਾੜ ਪਹੂੜ ਆ। ਪਹਿਲੇ ਦੂਜੇ ਗੇਅਰ 'ਚ ਗੱਡੀ ਚੱਲਦੀ ਆ, ਅਤੇ ਬਾਕੀ ਜਾ ਕੇ ਅੱਗੇ ਹੀ ਮਿਲਦੇ। ਹੁਣ 50 ਕਿਲੋਮੀਟਰ ਰਹਿ ਗਿਆ ਸਾਰਾ, ਅਤੇ ਅੱਗੇ ਜਾ ਕੇ ਮਿਲਦੇ ਹਾਂ। ਓਕੇ ਆਹ ਦੇਖੋ ਜੀ ਪਹਾੜ ਹੀ ਪਹਾੜ ਆ, ਘੈਂਟ ਆ ਨਜ਼ਾਰਾ। ਦੇਖੋ ਜੀ ਸੋਲਨ ਪਹੁੰਚ ਚੁੱਕੇ ਹਾਂ ਅਸੀਂ, ਅਤੇ ਪਹਾੜਾਂ 'ਚ ਸੋਲਨ ਆ, ਉੱਧਰ ਵਿਊ ਬੜਾ ਘੈਂਟ ਆ ਉਹ ਦੇਖੋ। ਇੱਕ ਮਿੰਟ ਉਹ ਅੱਗੇ ਜਾ ਕੇ ਆ ਥੋੜ੍ਹਾ ਜਿਹਾ, ਸਾਰਾ ਬਾਕੀ ਪਹਾੜੀ ਇਲਾਕਾ ਆ ਇੱਧਰ। ਹੋ ਰਿਹਾ ਹੈ ਨਾ ਵੀਰੇ, ਇੱਥੇ ਰੁਕ ਜਾ ਮਾੜਾ ਜਿਹਾ ਅੱਗੇ ਚਲਾ। ਦੇਖੋ ਜੀ ਉਹ ਸਾਹਮਣੇ, ਥੋੜ੍ਹਾ ਜ਼ੂਮ ਤਾਂ ਨਹੀਂ ਕਰ ਹੋਣਾ, ਬਾਕੀ ਆ ਵੀ ਆ ਸਾਰੇ ਰੂਮ ਰਾਮ ਹੀ ਆ ਵੀ, ਹੈ ਨਾ ਵੀਰੇ ਹੋਟਲ ਵਗੈਰਾ ਸਾਰੇ ਹੀ। ਚਲੋ ਅੱਗੇ ਜਾ ਕੇ ਤੁਹਾਨੂੰ ਉੱਥੇ ਹੀ ਜਾ ਕੇ ਦਿਖਾਉਣਾ ਹੈ ਨਾ, ਉੱਥੇ ਹੀ ਜਾ ਕੇ ਦੇਖਦੇ ਹਾਂ। ਦੇਖੋ ਜੀ ਨਜ਼ਾਰਾ, ਉੱਧਰ ਨੂੰ ਰਸਤਾ ਚੱਲ ਗਿਆ ਅਤੇ ਆਪਾਂ ਇੱਧਰ ਨੂੰ ਮੁੜ ਜਾਣਾ। ਅੱਛਾ ਜੀ ਦੇਖਿਓ ਮਾੜਾ ਜਿਹਾ ਉੱਧਰ, ਅੱਛਾ ਸਾਡਾ ਇੱਧਰ ਬਾਈਪਾਸ ਨਿਕਲ ਗਿਆ ਵੀਰੇ, ਆ ਬਾਈਪਾਸ ਕੱਢਤਾ ਉਹ ਸ਼ਹਿਰ ਦੇ ਵਿੱਚ ਜਾਂਦਾ, ਹੁਣ ਉਹ ਸ਼ਹਿਰ ਦੇ ਵਿੱਚ ਜਾਂਦਾ ਰੋਡ, ਅਤੇ ਇੱਧਰੋਂ ਬਾਈਪਾਸ। ਬਾਕੀ ਬਿਲਡਿੰਗਾਂ ਸਾਰੀਆਂ ਉੱਧਰ ਹੀ ਆ ਜਿਹੜੀਆਂ ਰੂਮ ਰੈਂਟ ਵਾਲੇ ਆ, ਅਤੇ ਆਪਾਂ ਤਾਂ ਇੱਧਰ ਦੀ ਆ ਗਏ। ਬਾਈਪਾਸ ਉੱਦਾਂ ਉੱਧਰ ਨੂੰ ਦਿਖਾ ਦਿਓ ਮਾੜਾ ਜਿਹਾ, ਹੋ ਰਿਹਾ ਬਾਕੀ। ਅਤੇ ਭਾਜੀ ਨੇ ਆਪਣੀ ਰਸ ਬਣਾਉਣੀ ਸਟਾਰਟ ਕਰਤੀ ਆ ਭਾਜੀ, ਐਂਡਲੈਸ ਬਣਾਈ ਐਂਡਲੈਸ, ਠੀਕ ਆ ਭਾਜੀ, ਓਕੇ ਰਿਪੋਰਟ ਕਰਦੀ ਭਾਜੀ। ਖੁਸ਼ੀ ਬੜਾ ਹੋ ਗਿਆ ਦੇਖ ਕੇ ਸਾਨੂੰ, ਐਨ ਵਧੀਆ ਜੀ ਬਣਾ ਦੀ ਭਾਜੀ। ਹਾਂ ਬਾਕੀ ਰੋਜ਼ ਆਉਂਦੇ ਭਾਜੀ ਇੱਥੇ, ਰੋਜ਼ ਆਉਂਦੇ ਲਾਉਣ? ਓਕੇ ਰੋਜ਼ ਆਉਂਦੇ ਭਾਜੀ ਲਾਉਣ, ਚਲੋ ਐਨ ਕੈਡੀ ਜੀ ਕਰਦੇ। ਬੱਲੇ ਭਾਜੀ ਕਿੱਦਾਂ ਨਜ਼ਾਰੇ ਆ?
ਦੇਖੋ ਜੀ ਮੁੰਡਿਓ ਸ਼ਿਮਲੇ ਕਹਿੰਦੇ ਪਹੁੰਚ ਗਏ ਨੇ ਅੱਗੇ ਜਾਣ ਦੀ ਬੱਸ ਸ਼ਿਮਲੇ ਵਾਲੀ ਤੇ ਇੱਧਰ ਸ਼ਿਮਲਾ ਆ ਚੈੱਕ ਕਰੋ ਅੱਗੇ ਜਾ ਕੇ ਹੁਣ ਪਤਾ ਲੱਗਣਾ ਹੈ ਸ਼ਿਮਲਾ ਦੇ ਇੱਧਰ ਆ ਹੀ ਹੈ ਛੱਪੇ ਮੁੰਡਿਓ ਕਹਿੰਦੇ ਪੂਰੇ ਚੜੇ ਪਏ ਆ ਖੰਨਾ ਦੇ ਹੈਨਾ उधर उपर जान दे उपर व्यू वधिया होना बस भाजी ओ भाजी देखी उत्ते जाके हत्थ करांदे असीं होटलां वाले आवाजा मारन दे हां तेन पता जगी आया ना फिर भी चक्कर पै जाता मूह गल कर होटल होटल बतेरे मैं कहना हूं बंद कर देने होटल च जाके मिलते हैं सारे चलो होटल च जाके मिलते हैं जी देखो जी नजारा व्यू चेक करो शिमला देख लो जी शिमला थले नहीं जाना ना अहीं है ना शिमला जा करो देखो जी रूम लैन चले हैं अंकल जी अगे अगे जा रहे हैं अहीं तो उन्हें पिछे पिछे तुरे हैं पौड़ियां नहीं है बस आई है चढ़न वास्ते माल रोड पहुंचते हैं उधर व्यू चेक करो उत्ते चलते हैं ये मंदिर है इधर मंदिर है भी सीधा जाएंगे हम देखो जी बाजार च पहुंच गए सारा इधर बाजार ही लगता है सारे बैग बूग रखे जिदा बाजार आ गया जिदा मकेरिया का अपने बाजार है बाकी नाल ही सब्जी वाली दुकान है बूटा सब्जी वाली दुकाना माल रोड ते है महंगे महंगे अगे जाके देखते हैं तुरी जाने देखो जी आ गए मार रोड ते आ चर्च है लोग इधर ही शाम को आते घूमते फिरते ज्यादा हाँ हूँ भी मेला बथेरा लगा आराम मेला ही लगा इधर देखो नजारा का व्यू है इधरले पास जो फोटो फोटो कहने खिचानी है भाजी बुरी हत्त करवाउंदे आ उदा ते भाई होली चल डर लगन दे मजाक नहीं डर लगता यार चलो चढ़ी जांदी गड्डी उदा भाजी पहले गियर जी तेरा भला हो जाए पहले गियर जी इन्नी जान लवा दिंदा हुण ठीक है उदा आवाज ही सही होगी हुण गड्डी दी
ਉਹ ਯਾਰ ਉੱਤੇ ਜਾਣੀ ਆ ਐਵੇਂ ਬਸ ਸਾਈਕਲ ਵਾਲੇ ਦੇ ਨਜ਼ਾਰੇ ਮੈਂ ਕਹਿੰਦਾ ਸਾਈਕਲ ਹੀ ਲੈ ਲਈ ਰੈਂਟ ਤੇ ਇੱਕ ਹਨਾ ਹਾਂ ਚੱਲ ਤਾਂ ਵੀ ਠੀਕ ਹਾਂਜੀ ਆ ਸਾਰੀ ਵੀਰੇ ਸਰਕਾਰੀ ਗੱਡੀਆਂ ਖੜੀਆਂ ਅੱਛਾ ਜੀ ਭਾਜੀ ਬੋਲਦੇ ਨਹੀਂ ਕੁਛ ਸਰਕਾਰੀ ਗੱਡੀਆਂ ਸਾਰੀਆਂ ਖੜੀਆਂ ਅੱਛਾ ਜੀ ਜਾਈ ਜਾਂਦੇ ਹਾਂ ਮੰਦਿਰ ਜਾਈ ਜਾਂਦੇ ਹਾਂ ਜੀ ਬਾਕੀ ਸਾਰੇ ਚਾਕੂ ਟੈਂਪਲ ਕਿਹਾ ਜਾਂਦਾ ਅਤੇ ਇਹ 108 ਮੀਟਰ ਦੀ ਹੈ ਬਾਬਾ ਜੀ ਦੀ ਮੂਰਤੀ ਅਤੇ ਬਾਕੀ ਇੱਧਰ ਮੰਦਿਰ ਆ ਥੋੜੇ ਉੱਚੇ ਬੋਲੋ ਨਾ ਭਾਜੀ ਜਦੋਂ ਸੰਜੀਵਨੀ ਬੂਟੀ ਲੈਣ ਗਏ ਸੀ ਨਾ ਉਦੋਂ ਇੱਥੇ ਲਿਆ ਆ ਕੇ ਪੈਰ ਪਏ ਸੀ ਉਹਨਾਂ ਦੇ ਠੀਕ ਹੈ ਪਹਿਲਾ ਦੂਜਾ ਪੈਰ ਇੱਥੇ ਲੱਗੇ ਠੀਕ ਹੈ ਅਤੇ ਹੁਣ ਚੱਲਦੇ ਹਾਂ ਥੱਲੇ ਨੂੰ ਚਲੋ ਜੀ ਦਰਸ਼ਨ ਤਾਂ ਹੋ ਗਏ ਆ ਅਤੇ ਹੁਣ ਗੱਡੀ ਆਊਗੀ ਅਤੇ ਲੈ ਕੇ ਜਾਊਗੀ ਹੁਣ ਗੱਡੀ ਦੀ ਵੀਡੀਓ ਨਹੀਂ ਪਾਉਣੀ ਕਿਉਂ ਫਿਰ ਬਾਹਲਾ ਹੀ ਲੰਬੀ ਕੰਮ ਹੋ ਜਾਂਦਾ ਅਤੇ ਇਸ ਕਰਕੇ ਤੁਹਾਨੂੰ ਅਸੀਂ ਪੌੜੀਆਂ ਦਿਖਾਉਣ ਰਹੇ ਹਾਂ ਅਤੇ ਹੁਣ ਕੱਲ੍ਹ ਨੂੰ ਮਿਲਦੇ ਹਾਂ ਸ਼ਿਮਲੇ ਤੋਂ ਲੰਘ ਕੇ ਹੁਣ ਬਰਫ਼ ਵੱਲ ਜਾਂਦੇ ਕੱਲ੍ਹ ਅਤੇ ਉੱਥੋਂ ਮਿਲਾਂਗੇ ਓਕੇ ਘਰੋ ਜੀ ਨਾਈਟ ਦਾ ਵਿਊ ਕਿੰਨਾ ਸੋਹਣਾ ਲੱਗ ਰਿਹਾ ਸਾਰਾ ਨਾਈਟ ਦਾ ਵਿਊ ਉੱਧਰ ਗੱਡੀ ਜਾਣ ਦੀ ਉੱਧਰ ਨਾਈਟ ਦਾ ਵਿਊ ਬਾਹਲਾ ਹੀ ਘੈਂਟ ਆ ਯਾਰ ਹੈ ਨਾ ਵੀਰੇ ਬਾਹਲਾ ਹੀ ਘੈਂਟ ਆ ਦੇਖੋ ਜੀ